ਆਓ ਮਨੁ ਬਿਰਤੀਆਂ ਜੋੜ ਕੇ ਸਤਿਗੁਰੂ ਦੀ ਪਾਵਨ ਫਤਿਹ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਹੁਣ ਕੀਰਤਨ ਵੀ ਸਰਵਣ ਕੀਤਾ ਹੈ, ਉਸ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ, ਸੁਖਮਨੀ ਸਾਹਿਬ ਜੀ ਦੀ ਬਾਣੀ ਸਰਵਣ ਕੀਤੀ ਹੈ। ਬਾਣੀਆਂ ਪੜ੍ਹਨੀਆਂ ਜ਼ਰੂਰੀ ਨੇ, ਸੁਣਨੀਆਂ ਜ਼ਰੂਰੀ, ਲੇਕਿਨ ਉਸ ਦਾ ਵਿਚਾਰ ਅੱਜ ਦਾ ਹੁਕਮਨਾਮਾ ਜਿਹੜਾ ਸਾਨੂੰ ਦੱਸਦਾ ਹੈ। ਵਿਚਾਰ ਕੀਤੇ ਬਿਨਾਂ ਜੀਵਨ ਬਦਲ ਨਹੀਂ ਸਕਦਾ। ਹਰ ਇੱਕ ਚੀਜ਼ ਦੇ ਵਾਸਤੇ ਇੱਕ ਸਿਸਟਮ ਹੈ, ਉਸ ਸਿਸਟਮ ਤੋਂ ਬਾਹਰ ਜਾ ਕੇ ਕੋਈ ਚੀਜ਼ ਵੀ ਪ੍ਰਾਪਤ ਨਹੀਂ ਹੁੰਦੀ। ਜੇ ਸਾਨੂੰ ਮੱਖਣ ਚਾਹੀਦਾ ਤਾਂ ਸਾਨੂੰ ਉਹਦਾ ਪ੍ਰੋਸੈਸ ਅਪਣਾਉਣਾ ਪਏਗਾ। 728 ਨੰਬਰ ਅੰਕ 'ਤੇ ਸਵਾਇਮਾਨ ਸ਼ਬਦ ਗੁਰੂ ਨਾਨਕ ਸਤਿਗੁਰੂ ਪਿਤਾ ਪਹਿਲੇ ਜਾਮੇ ਸਾਨੂੰ ਕੀ ਉਪਦੇਸ਼ ਦਿੰਦਾ ਸੂਹੀ ਰਾਗ ਵਿੱਚ। ਭਾਂਡਾ ਧੋਏ ਬੈਸ ਧੂਪ ਦੇ ਵੋਤੋਂ ਦੂ ਦੇ ਪੂਜਾ। ਭਾਂਡਾ ਸਾਫ ਹੋਏ ਬਿਨਾਂ ਉਹਦੇ ਵਿੱਚ ਵਸਤੂ ਨਹੀਂ ਪੈ ਸਕਦੀ, ਅਤੇ ਸਾਡਾ ਤਾਂ ਭਾਂਡਾ ਮੈਲਾ ਇੰਨਾ ਹੈ, ਜਿਸ ਬਾਰੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਇਸ ਮਨ ਨੂੰ ਜਨਮ ਜਨਮ ਦੀ ਮਲ ਲੱਗੀ ਹੈ ਔਰ ਕਾਲਾ ਹੋ ਕੇ ਸਵਾਹ ਹੋਇਆ ਪਿਆ, ਬਦਲਣ ਲਈ ਤਿਆਰ ਨਹੀਂ ਹੈ, ਆਦਤਾਂ ਨਹੀਂ ਬਦਲਦਾ। ਜਦ ਤੱਕ ਆਦਤਾਂ ਨਹੀਂ ਬਦਲਦਾ, ਮੈਂ ਕੱਲ੍ਹ ਦੇ ਵੀ ਹੁਕਮਨਾਮੇ ਦੇ ਵਿਚਾਰ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਸੀ, ਤਰਲਾ ਕਰੀਏ। ਕੱਲ੍ਹ ਦਾ ਹੁਕਮਨਾਮਾ ਗੌਂਡ ਰਾਗ ਵਿੱਚ ਭਗਤ ਨਾਮਦੇਵ ਜੀ ਨੇ ਤਰਲੇ ਦੀ ਬੜੀ ਖੂਬਸੂਰਤ ਪਰਿਭਾਸ਼ਾ ਰੱਖੀ ਸੀ, ਤਾਰ ਲੈ ਮੋਕੋ ਤਾਰ ਲੈ, ਮੈਨੂੰ ਤਾਰ ਲਓ ਸਤਿਗੁਰੂ ਜੀ, ਔਰ ਤਾਰਨ ਵਾਲਾ ਅਕਾਲ ਪੁਰਖ ਹੈ ਉਹ ਤਰਸ ਕਰ ਜਾਏ, ਰਹਿਮ ਕਰ ਜਾਏ ਅਤੇ ਸਾਡਾ ਜੀਵਨ ਬਦਲ ਸਕਦਾ ਹੈ, ਬਨਿਸਬਤ ਅਸੀਂ ਤਿਆਰ ਹੋਈਏ ਤਾਂ। ਹੁਣ ਅੱਜ ਦਾ ਹੁਕਮ ਜਮਨਾਮੇ ਦੀ ਜਿਹੜੀ ਸੁਰਤ ਰਾਗ ਵਿੱਚ ਸਤਿਗੁਰੂ ਪਿਤਾ ਨੇ ਸਾਡੇ ਸਾਹਮਣੇ ਰੱਖਿਆ ਹੈ, 617 ਅਤੇ 18 ਨੰਬਰ ਅੰਕ 'ਤੇ ਸਮਾਇਮਾ ਮਹਲਾ ਪੰਜਵਾਂ, ਭਾਵ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਜੀ ਦੇ ਪੰਜਵੇਂ ਜਾਮੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਬਾਣੀ। ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਸਤਿਗੁਰ ਨੇ ਅਪਰੰਪਾਰ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨ ਦੇ ਸਾਧਨ ਵਰਤੇ, ਕਦੀ ਸਾਧਨ ਮੰਜ਼ਿਲ ਨਹੀਂ ਹੁੰਦੇ, ਅਸੀਂ ਸਾਧਨਾਂ ਨੂੰ ਮੰਜ਼ਿਲ ਬਣਾ ਲਿਆ। ਸਾਡਾ ਮੰਜ਼ਿਲ ਸੀ ਇੱਕ ਓਅੰਕਾਰ, ਔਰ ਰਾਸਤੇ ਦੀ ਪੂੰਜੀ ਸੀ ਗੁਰਬਾਣੀ, ਜਿਸ ਬਾਰੇ ਸਤਿਗੁਰੂ ਦੀ ਬਾਣੀ ਸਾਨੂੰ ਉਪਦੇਸ਼ ਕਰੇ। ਪਰਿਭਾਸ਼ਿਤ ਕਰਾਂਗੇ, ਸਾਨੂੰ ਪਤਾ ਲੱਗੇਗਾ ਰਾਗ ਸਾਧਨ ਨੇ ਮਨ ਨੂੰ ਬੜਾ ਪਵਿੱਤਰ ਤਰੀਕੇ ਨਾਲ ਜੋੜਨ ਦਾ, ਜੋ ਉਸ ਟਾਈਮ ਉਹਨਾਂ ਥਾਵਾਂ 'ਤੇ ਗਾਏ ਜਾ ਰਹੇ ਸਨ ਔਰ ਉੱਥੇ ਪ੍ਰਭਾਵਿਤ ਹੋ ਕੇ ਲੋਕ ਜਾ ਰਹੇ ਸਨ ਗੰਦਗੀ ਦੇ ਵਾਲੇ ਪਾਸੇ, ਮਾੜੀ ਬਿਰਤੀ ਵਾਲੇ ਪਾਸੇ। ਸਤਿਗੁਰੂ ਨੇ ਉਹਨਾਂ ਰਾਗਾਂ ਨੂੰ ਵਰਤਿਆ ਪ੍ਰਭੂ ਦੇ ਪਿਆਰ ਵਿੱਚ ਜੁੜਨ ਵਾਸਤੇ, ਸਤਸੰਗਤ ਕਰਨ ਵਾਸਤੇ। ਸੋ ਇਹਨਾਂ ਦਾ ਸਹਾਰਾ ਲੈ ਕੇ ਅਸੀਂ ਵੀ ਆਪਣੇ ਮਨ ਨੂੰ ਪਵਿੱਤਰ ਕਰਨਾ। ਗੱਲ ਮਨ ਦੀ ਮੈਲ ਦੀ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹਛਾ ਨਾ ਹੋਈ। ਹਰ ਬਾਣੀ ਦੇ ਅੰਦਰ ਰਾਹ ਦਾ ਮਨ ਸੈਂਟਰਲ ਆਈਡੀਆ ਹੁੰਦਾ ਹੈ, ਕੇਂਦਰੀ ਭਾਵ ਹੁੰਦਾ ਹੈ, ਕਿਉਂਕਿ ਸਮਾਂ ਲਿਮਿਟਡ ਹੈ। ਨਹੀਂ ਤਾਂ ਇਸ ਸ਼ਬਦ ਦੀ ਵਿਆਖਿਆ ਕਰਨ ਜਾਈਏ ਨਾ, ਘੱਟੋ ਘੱਟ 2 ਘੰਟੇ ਚਾਹੀਦੇ, ਔਰ ਉਸ ਤੋਂ ਵੀ ਘੱਟ ਹੋਵੇ ਤਾਂ ਉਹਦੇ 45 ਮਿੰਟ ਚਾਹੀਦੇ ਜੇ ਖੋਲ੍ਹਣੇ ਹੋਣ ਸ਼ਬਦ। ਜੇ ਸਿਰਫ ਪੜ੍ਹਦੇ ਹੋਣ ਤਾਂ ਗੱਲ ਤਾਂ ਅਸੀਂ ਰੋਜ਼ ਪੜ੍ਹ ਰਹੇ,
ਤੇ ਮੈਂ ਕੋਸ਼ਿਸ਼ ਕਰਾਂਗਾ ਆਪ ਸਾਰੇ ਮੇਰੇ ਤੇ ਤਰਸ ਕਰੋ ਅਰਦਾਸ ਕਰੋ ਸਤਿਗੁਰੂ ਕਿ ਮੈਂ ਸ਼ਬਦ ਨੂੰ ਖੋਲ ਕੇ ਤੁਹਾਡੇ ਹਿਰਦੇ ਤੱਕ ਪਹੁੰਚਾ ਸਕਾਂ ਜਿਸ ਦੇ ਨਾਲ ਸਾਡਾ ਕਲਯੁਗੀ ਜੀਵਾਂ ਦਾ ਜੀਵਨ ਬਦਲ ਸਕੇ ਅਸੀਂ ਆਪਣੀ ਜਿੰਦ ਨੂੰ ਆਪਣੀਆਂ ਆਦਤਾਂ ਨੂੰ ਬਦਲ ਸਕੇ ਆਦਤਾਂ ਨੂੰ ਬਦਲ ਰਹੇ ਉਮਰਾਂ ਹੋ ਗਈਆਂ ਸਾਡੀਆਂ ਪਾਠ ਸੁਣਦੇ ਹਾਂ ਪਾਠ ਪੜ੍ਹਦੇ ਹਾਂ ਅਸੀਂ ਰੰਗ ਲਾਗਤ 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 ਰਹੇ ਦੀ ਗੱਲ ਤਾਂ ਪੜ੍ਹਦੇ ਹਾਂ ਲੇਕਿਨ ਲੱਗੇਗਾ ਕਦ ਜਦ ਇਸ ਦੇ ਅੰਦਰ ਜਿਹੜਾ ਕਾਲਾ ਕੱਪੜਾ ਹੁੰਦਾ ਨਾ ਉਹਦੇ 'ਤੇ ਕੋਈ ਰੰਗ ਨਹੀਂ ਚੜ੍ਹਦਾ ਅਤੇ ਇਹ ਮੈਲ ਦਾ ਕਾਲਾ ਹੋਇਆ ਮਨ ਕਿਸ ਤਰ੍ਹਾਂ ਰੰਗ ਚੜ੍ਹੇਗਾ ਰੰਗ ਜੀ ਦਾ ਔਰ ਉਹਨਾਂ ਔਗਣਾਂ ਦੀ ਗੱਲ ਕਰਦਿਆਂ ਮੇਰੇ ਸਤਿਗੁਰੂ ਜੀ ਕਹਿੰਦੇ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਕਲਪਨਾ ਕਰਕੇ ਦੇਖੋ ਕਿੰਨਾ ਨੀਰ ਕਹਿੰਦੇ ਨੇ ਜਲ ਨੂੰ ਸਮੁੰਦਰ 'ਚ ਕਿੰਨੀਆਂ ਬੂੰਦਾਂ ਨੇ ਜਲਦੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਾਡੇ ਪਾਪ ਦਾ ਇੰਤਹਾ ਨਹੀਂ ਮਨ ਪਾਪ ਕਰਦਾ ਸਰੀਰ ਅਪਰਾਧ ਕਰਦਾ ਰੋਜ਼ ਮਨ ਕੋਈ ਨਾ ਕੋਈ ਚਲਾਕੀ ਵਰਤਦਾ ਸਤਸੰਗਤ ਤੋਂ ਭੱਜਣ ਦਾ ਗੁਰੂ ਦੇ ਉਪਦੇਸ਼ 'ਤੇ ਤੁਰੰਤ ਤੋਂ ਭੱਜਣ ਦਾ ਰਾਸਤਾ ਲੱਭ ਲੈਂਦਾ ਗੁਰਮਤਿ ਨੂੰ ਲਾਗੂ ਕਰਨ ਵਾਸਤੇ ਦ੍ਰਿੜਤਾ ਨਾ ਹੋਣਾ ਇਹ ਸਾਡੀਆਂ ਕਮਜ਼ੋਰੀਆਂ ਨੇ ਜਿਹੜੀਆਂ ਸਾਡੇ ਬੱਚੇ ਬਾਹਰਲੇ ਪਾਸੇ ਜਾ ਰਹੇ ਸਾਡੇ ਬੱਚੇ ਗੁਰਬਾਣੀ ਦੇ ਰਾਹ 'ਤੇ ਨਹੀਂ ਆ ਰਹੇ ਮੈਂ ਵਾਰ ਵਾਰ ਬੇਨਤੀ ਕਰਦਾ ਇਸ ਦੀ ਫਿਕਰ ਕਰੋ ਠੀਕ ਹੈ ਬੱਚਿਆਂ ਨੂੰ ਤੁਸੀਂ ਸਰੀਰ ਦੀ ਤੰਦਰੁਸਤੀ ਲਈ ਗੱਤਕੇ ਸਿਖਾਓ ਸ਼ਸਤਰ ਸਿਖਾਓ ਲੇਕਿਨ ਸ਼ਸਤਰ ਸ਼ਾਸਤਰ ਤੋਂ ਬਿਨਾਂ ਉਪਯੋਗੀ ਨਹੀਂ ਗੁਰਬਾਣੀ ਤੋਂ ਬਿਨਾਂ ਸਿੱਖ ਦੇ ਹੱਥ ਵਿੱਚ ਸ਼ਸਤਰ ਉਪਯੋਗੀ ਨਹੀਂ ਹੋਏ ਜੇ ਸਿੱਖ ਬਣਨਾ ਰਹਾਉ ਬੰਦ ਕਹਿੰਦਾ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਕਿਹੜੇ ਰੱਬ ਜੀ ਨੂੰ ਜਪਣਾ ਕੀ ਉਸ ਰੱਬ ਜੀ ਦੀ ਪਰਿਭਾਸ਼ਾ ਨੂੰ ਅਸੀਂ ਸਮਝ ਪਾਏ ਹਾਂ ਜਿਸ ਰੱਬ ਜੀ ਨੂੰ ਜਪਣ ਦੀ ਗੱਲ ਗੁਰੂ ਨਾਨਕ ਸਤਿਗੁਰੂ ਜੀ ਆਪਣੇ ਦਸ ਜਾਮਿਆਂ ਵਿੱਚ ਬਾ ਖੂਬਸੂਰਤ ਤਰੀਕੇ ਨਾਲ ਸਮਝਾ ਰਹੇ ਨੇ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ 33 ਵਾਰ ਮੂਲ ਮੰਤਰ ਨੂੰ ਦਰਜ ਕੀਤਾ ਗਿਆ ਔਰ ਫਿਰ ਉਸਨੂੰ ਖੋਲਿਆ ਵੀ ਗਿਆ ਹੈ ਏਕਮ ਏਕੰਕਾਰ ਨਿਰਾਲਾ ਸਾਡੇ ਕੋਲ ਜਾਤਾਂ ਦਾ ਅੰਬਾਰ ਲੱਗਿਆ ਹੈ ਅਮੀਰੀ ਗਰੀਬੀ ਦਾ ਅੰਬਾਰ ਲੱਗਿਆ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਭਾਵਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਆ ਰਹੇ ਰੋਜ਼ ਸਤਸੰਗਤ ਕਰਨ ਦੀ ਆਦਤ ਮੁੱਕ ਰਹੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੀਤ ਨਹੀਂ ਬਾਣੀ ਨਾਲ ਪ੍ਰੀਤ ਨਹੀਂ ਮੈਂ ਵਾਰ ਵਾਰ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਹਾਂ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਸਤਿਗੁਰੂ ਜੀ ਕਹਿੰਦੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ ਅਸੀਂ ਸੰਗਰਾਂਦ ਵਾਲੇ ਦਿਨ ਵਿਵੇਚਨਾ ਨਹੀਂ ਕਰਦੇ ਕਿ ਇਸ ਮਹੀਨੇ ਕਿੰਨੀ ਵਾਰੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਆਏ ਮੈਂ ਪ੍ਰਭਾਸ਼ਿਤ ਕਰਨਾ ਕਿ ਸਿੱਖਾਂ ਦੀ ਪਰਿਭਾਸ਼ਾ 'ਤੇ ਘੜੀਏ ਨਾ ਅਤੇ 4-5 ਕਿਸਮ ਦੇ ਸਿੱਖ ਬਣ ਚੁੱਕੇ ਹਨ ਇੱਕ ਵੀਕਐਂਡ ਵਾਲੇ ਸਿੱਖ ਬਣ ਚੁੱਕੇ ਹਾਂ ਭਾਵੇਂ ਤੁਸੀਂ ਦਿਲ ਭਾਰਤ ਵਿੱਚ ਹੋਵੋ ਭਾਵੇਂ ਵਿਦੇਸ਼ਾਂ ਵਿੱਚ ਹੋਵੋ ਵੀਕਐਂਡ ਵਾਲੇ ਸਿੱਖ ਬਣ ਚੁੱਕੇ ਬੜੇ ਜ਼ੋਰਦਾਰ ਤਰੀਕੇ ਨਾਲ ਦਲੀਲ ਹੁੰਦੀ ਹੈ ਕਿ ਅਸੀਂ ਕਮਾਵਾਂਗੇ ਕਿੱਥੇ ਜਾਵਾਂਗੇ ਕੀ ਕਰਾਂਗੇ ਤੁਹਾਨੂੰ ਇਸ ਮਨੁੱਖਾ ਜੀਵਨ ਦੀ ਫਿਕਰ ਹੈ ਸਤਿਗੁਰ ਨੇ ਜਿਹੜਾ ਮਨੁੱਖਾ ਜੀਵਨ ਜਿਸ ਮਕਸਦ ਲਈ ਦਿੱਤਾ ਸੀ ਉਸ ਦੀ ਫਿਕਰ ਨਹੀਂ ਭਈ ਪ੍ਰਾਪਤ ਮਨੁੱਖ ਦੇ ਵਰੀਆ ਗੋਬਿੰਦ ਮਿਲਣ ਦੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭੱਜ ਕੇਵਲ ਤਰਸ ਕਰੋ ਆਪਣੇ ਮਨਾਂ 'ਤੇ ਤਰਸ ਕਰੋ ਆਪਣੇ ਮਨੁੱਖਾ ਜੀਵਨ ਦੇ ਵਾਸਤੇ ਸਵਾਸ ਜਾ ਰਹੇ ਆਓ ਗੱਡੇ ਦਿਨ ਸਰਣ ਆ ਰਹੇ ਮਨ ਗੁਰਮਿਲ ਕਾਜ ਵਾਲ ਕਿੰਨਾ ਗੁਰੂ ਦੇ ਨਾਲ ਮਿਲਿਆ ਇਹ ਸੰਗਰਾਮ ਵਾਲੇ ਦਿਨ ਅਸੀਂ ਡਿਸਕਸ਼ਨ ਕਰਨੀ ਸੀ ਲੇਕਿਨ ਉਹਨੂੰ ਪਵਿੱਤਰ ਦਿਹਾੜਾ ਬਣਾ ਦਿੱਤਾ ਉੱਥੇ ਡਿਸਕਸ਼ਨ ਖਤਮ ਕਰਤੀ ਸਾਰੇ ਦਿਨ ਸਾਡੇ ਲਈ ਪਵਿੱਤਰ ਸਨ ਹਰ ਘੜੀ ਸਾਡੇ ਲਈ ਪਵਿੱਤਰ ਸੀ
ਕਿਉਂਕਿ ਰੱਬ ਜੀ ਕਿਧਰੇ ਜਾਂਦੇ ਹੀ ਨਹੀਂ, ਉਸ ਰੱਬ ਜੀ ਨੂੰ ਜਪਣਾ ਸੀ। ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ। ਸਾਨੂੰ ਸਤਿਗੁਰ ਪੰਚਮ ਪਾਤਸ਼ਾਹ ਨੇ ਕਿਹਾ, ਨਾ ਦੇਵ ਦਾਨਵ ਨਰਾ ਨਾ ਸਿੱਧ ਸਾਧਕ ਤਰਾ ਅਸਤ ਏਕ ਦਿਗਰ ਕੋਈ ਏਕ ਤੋਂ ਹੀ ਏਕ ਤੋਂ ਹੀ ਇੱਕ ਤੋਂ ਹੀ ਦੀ ਗੱਲ ਸੀ। ਲੇਕਿਨ ਸਾਡਾ ਅਰਾਧ ਕੁਝ ਹੋਰ ਹੋ ਗਿਆ, ਕੋਈ ਸਰੀਰ ਵਾਲਾ ਹੋ ਗਿਆ, ਕੋਈ ਜੰਡ ਵਾਲਾ ਹੋ ਗਿਆ, ਕੋਈ ਜੰਤਰ ਮੰਤਰ ਵਾਲਾ ਹੋ ਗਿਆ। ਇਹ ਮੇਰੀ ਕਮਜ਼ੋਰੀ ਹੈ ਕਿ ਮੈਂ ਨਹੀਂ ਠੀਕ ਹੋਇਆ, ਮੇਰੇ ਬੱਚੇ ਕਿਸ ਤਰ੍ਹਾਂ ਠੀਕ ਹੋਣਗੇ। ਮੈਂ ਗੁਰੂ ਦਾ ਹੁਕਮ ਨਹੀਂ ਮੰਨਿਆ, ਬੱਚੇ ਮੇਰਾ ਹੁਕਮ ਕਿਸ ਤਰ੍ਹਾਂ ਮੰਨ। ਹੁਕਮੀ ਬੰਦੇ ਦਾ ਹੀ ਹੁਕਮ ਦਾ ਤਰੀਕਾ ਬੱਚੇ ਜਾਂ ਸੰਗਤ ਸਿੱਖਦੀ ਹੈ ਧਿਆਨ ਕਰਨਾ। ਪ੍ਰਚਾਰਕ ਨੂੰ ਲੈ ਕੇ ਹਰ ਇੱਕ ਸ਼ਖਸ ਨੂੰ ਇਸ ਨੂੰ ਪਲੈਨ ਕਰਨਾ ਪਏਗਾ। ਅੰਨੇਵਾਹ ਤੁੜਨ ਦੀ ਲੋੜ ਨਹੀਂ ਹੈ, ਨਹੀਂ ਤੇ ਅੰਧਲੇ ਭਾਰ ਉਠਾਇਆ ਡੁੱਗਰ ਵਾਟ ਬਹੁਤ ਅੱਖੀ ਲੋੜੀ ਨਾ ਨਾ ਆਉ ਚੜ ਲੰਗਾ ਕਿ ਚਾਕਰੀਆਂ ਚੰਗੀਆਂ ਅਵਰ ਸਿਆਣਪ ਕਿ। ਸਤਿਗੁਰੂ ਤੇ ਕਹਿੰਦੇ ਨਾਨਕ ਨਾਮ ਸੰਭਾਲ ਤੋਂ ਬੱਦਾ ਛੁੱਟੇ ਜਿੱਤ। ਜਿਹਦੇ ਨਾਲ ਛੁਟਕਾਰਾ ਹੋਣਾ ਉਹ ਤੇ ਛੱਡ ਹੀ ਦਿੱਤਾ, ਜਿਹਦੀ ਗੱਲ ਕਰਨੀ ਸੀ ਉਹ ਛੱਡ ਦਿੱਤੀ, ਜਿਸ ਦੇ ਨਾਲ ਸਾਂਝ ਪਾਣੀ ਸੀ ਉਸਦੇ ਨਾਲ ਸਾਂਝ ਨਹੀਂ ਪਾਈ। ਸਤਿਗੁਰ ਕਹਿੰਦੇ ਨੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ। ਉਹ ਗੋਪਾਲ ਜਪ ਜਿਹੜਾ ਸਭ ਵਿੱਚ ਵਸਿਆ, ਉਹ ਰੱਬ ਜਿਹੜਾ ਹੈ ਨਾ, ਕਿਸੇ ਦਾ ਵੱਖਰਾ ਨਹੀਂ ਹੈ, ਨਾ ਹਿੰਦੂ ਵੀਰ ਦਾ, ਨਾ ਮੁਸਲਮਾਨ ਵੀਰ ਦਾ, ਨਾ ਕ੍ਰਿਸ਼ਨ ਵੀਰ ਦਾ, ਜੈਨੀ ਬੋਧੀ ਸਾਰੇ ਸੰਸਾਰ ਦਾ, ਸਾਰੀ ਬਨਸਪਤੀ ਦਾ ਰੱਬ ਇੱਕ ਹੈ। ਵਿਚਾਰਾਂ ਦਾ ਫਰਕ ਹੈ। ਅਸੀਂ ਬੜੇ ਹੀ ਜ਼ੋਰਦਾਰ ਤਰੀਕੇ ਨਾਲ ਦਾਅਵਾ ਕਰਦੇ ਹਾਂ ਕਿ ਸਾਰੇ ਵਿਚਾਰ ਇੱਕ ਨੇ, ਸਾਰੇ ਵਿਚਾਰ ਹੀ ਇੱਕ ਨਹੀਂ ਨੇ। ਜਿਹਨਾਂ ਵਿਚਾਰਾਂ ਚੋਂ ਰੱਬ ਜੀ ਨਿਕਲ ਰਹੇ ਨੇ ਉਹ ਇੱਕ ਨੇ। ਜਿਸ ਬਾਰੇ ਸਤਿਗੁਰੂ ਜੀ ਕਹਿੰਦੇ ਨੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ। ਫਿਰ ਜਿੱਥੇ ਨਾਮ ਦੀ ਗੱਲ ਨਹੀਂ ਉਹ ਸੰਗਤ ਕਿਸ ਤਰ੍ਹਾਂ ਹੋ ਸਕਦੀ? ਸੋਚਣਾ ਤੁਸੀਂ, ਵਿਚਾਰਨਾ। ਫਿਰ ਅਗਲੀਆਂ ਪੰਕਤੀਆਂ 'ਚ ਬਾ ਖੂਬਸੂਰਤ ਸਤਿਗੁਰ ਪੰਚਮ ਪਾਤਸ਼ਾਹ ਨੇ ਸਾਡੀ ਝੋਲੀ ਭਰ ਦਿੱਤੀ ਹੈ, ਲਬੜੇਜ ਕਰ ਦਿੱਤੀ ਹੈ ਗੁਣਾਂ ਦੇ ਨਾਲ। ਜਾ ਕੀ ਸ਼ਰਣ ਪਿਆ ਸੁੱਖ ਪਾਈਆ। ਅਸੀਂ ਕਦੀ ਨਹੀਂ ਸੋਚਿਆ ਸੁੱਖ ਕਿੱਥੋਂ ਮਿਲੇਗਾ। ਜਿਸ ਨੂੰ ਸੁੱਖ ਸਮਝ ਰਿਹਾ ਉਹ ਤੇ ਦੁੱਖ ਦਾ ਕਾਰਨ ਹੈ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਸਿਉ ਡੋਲਤ ਨਹਿ ਸੁਧ ਰਾਮ ਭਜਨ। ਜਿਸ ਨੇ ਸੁੱਖ ਦੇਣਾ ਸੀ ਉਹਨੂੰ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਦੇ ਪਿੱਛੇ ਸੰਗਤ ਕਰਨੀ ਭੁੱਲ ਗਿਆ। ਔਰ ਬਿਨਾਂ ਸੰਗਤ ਨੂੰ ਪਰਿਭਾਸ਼ਿਤ ਨਹੀਂ ਹੋ ਸਕਦਾ। ਹੁਣ ਕਿਸੇ ਡਾਕਟਰ ਨੂੰ ਕਹੋ ਤੂੰ ਡਾਕਟਰ ਬਣ ਗਿਆ, ਚਾਰ ਦਵਾਈਆਂ ਦੀ ਜਾਣਕਾਰੀ ਹੋ ਜਾਏ, ਗੂਗਲ 'ਤੇ ਸਰਚ ਕਰਕੇ ਮੈਂ ਦਵਾਈਆਂ ਦੀ ਜਾਣਕਾਰੀ ਲਵਾਂ, ਕੀ ਮੈਂ ਕਿਸੇ ਦੇ ਇਲਾਜ ਕਰਨ ਦੇ ਕਾਬਲ ਦੀ ਡਿਗਰੀ ਪ੍ਰਾਪਤ ਕਰ ਸਕਦਾ? ਕਦੀ ਸੋਚਣਾ? ਜੇ ਮੈਂ ਰੋਜ਼ ਸਤਸੰਗਤ ਕਰਨ ਨਹੀਂ ਆਇਆ, ਕਲਾਸ ਨਹੀਂ ਲਈ, ਗੁਰਬਾਣੀ ਲਈ, ਗੁਰਬਾਣੀ ਵਿਚਾਰ ਕਰਕੇ ਹੋਮਵਰਕ ਨਹੀਂ ਕੀਤਾ, ਘਰ ਜਾ ਕੇ ਡਿਸਕਸ਼ਨ ਨਹੀਂ ਕੀਤਾ, ਜੋ ਕੁਝ ਪੜ੍ਹਿਆ ਜੋ ਕੁਝ ਸੁਣਿਆ ਉਹ ਇੱਥੇ ਹੀ ਛੱਡ ਕੇ ਚਲਾ ਗਿਆ ਔਰ ਸਭ ਕੁਝ ਮੜ ਦਿੱਤਾ ਕਲਯੁਗ ਦੇ ਮੱਥੇ। ਜਦ ਗੁਰੂ ਨਾਨਕ ਸਤਿਗੁਰੂ ਜੀ ਆਏ ਕਲਯੁਗ ਸੀ, ਔਰ ਕਲਯੁਗ ਤੋਂ ਕੱਢਣ ਦਾ ਇੱਕੋ ਇੱਕ ਤਰੀਕਾ ਸੀ ਨਾਮ ਰੱਬੀ ਗੁਣ। ਰੱਬੀ ਗੁਣਾਂ ਤੋਂ ਬਿਨਾਂ ਸਾਨੂੰ ਕਿਸੇ ਚੀਜ਼ ਦੀ ਵੀ ਪ੍ਰਾਪਤੀ ਜਿਹੜੀ ਹੈ ਨਹੀਂ ਹੋ ਸਕਦੀ। ਸਤਿਗੁਰੂ ਬਾ ਖੂਬਸੂਰਤ ਤਰੀਕੇ ਨਾਲ ਜਪ ਬਾਣੀ ਦੇ ਵਿੱਚ ਇਸ ਗੱਲ ਨੂੰ ਸਮਝਾਉਂਦੇ ਨੇ, ਮੈਂ ਉਸਨੂੰ ਡਿਸਕਸ ਕਰਾਂਗਾ ਤੁਹਾਡੇ ਅੱਗੇ। ਲੇਕਿਨ ਪਹਿਲੇ ਸਰਣ ਪੈਣ ਦੀ ਗੱਲ ਦੇਖੋ, ਗੁਣ ਤਦ ਮਿਲਣੇ ਨੇ ਜਦ ਅਸੀਂ ਐਕਸੈਪਟ ਕਰ ਲਈਏ ਕਿ ਤੁਸੀਂ ਸਾਡੇ ਗੁਰੂ ਹੋ, ਤੁਸੀਂ ਸਾਡੇ ਪਿਤਾ ਹੋ। ਇੱਕ ਕਮਿਟਮੈਂਟ ਅਰਦਾਸ ਵੇਲੇ ਕਰਦੇ ਹੋ। ਅਰਦਾਸ ਵੇਲੇ ਕਿਹੜੀ ਕਮਿਟਮੈਂਟ ਕਰਦੇ ਹਾਂ? ਮੈਂ ਕਈ ਵਾਰੀ ਕਹਿੰਦਾ ਨਾ, ਸਾਡਾ ਧਿਆਨ ਹੀ ਨਹੀਂ ਆਉਂਦਾ। ਅਰਦਾਸ ਤੋਂ ਪਹਿਲਾਂ, ਸਭ ਤੋਂ ਪਹਿਲਾਂ ਗੁਰਮੁਖਾਂ ਨੇ ਅਸ਼ਟਪਦੀ ਸੁਖਮਨੀ ਸਾਹਿਬ ਦਾ ਇੱਕ ਪਦ ਰੱਖ ਦਿੱਤਾ, ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ
ਬਾਰਕ ਤੇਰੇ ਤੁਮਰੀ ਕਿਰਪਾ ਮੈਂ ਜੇ ਸੁਖ ਹੀ ਉਸ ਦੀ ਕਿਰਪਾ ਨਾਲ ਮਿਲਨੇ ਸੀ ਤੇ ਸੁਖ ਕਿਹੜੇ ਲੱਭ ਰਹੇ ਔਰ ਕਿਉਂ ਲੱਭ ਰਹੇ ਸਤਿਗੁਰੂ ਨੇ ਪਹਿਲਾ ਸ਼ਬਦ ਤੁਹਾਡੇ ਵਾਸਤੇ ਦਰਜ ਕੀਤਾ ਹੈ ਪਿਆਰੇ ਗੁਰੂ ਤੋਂ ਲੱਭ ਮਿਲਣ ਤੋਂ ਪਹਿਲਾਂ ਗੁਰੂ ਨੂੰ ਪਹਿਲਾਂ ਮਿਲੀ ਪਦਾਰਥ ਤੇਰੀ ਝੋਲੀ ਚ ਪੈ ਜਾਣਗੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਹੋ ਮਦ ਦੇਖ ਭੁਲਾ ਵਿਸਰੇ ਤੇਰਾ ਚਿਤਨਾ ਮੇਰੀ ਚੈਨ ਮੇਰਾ ਸੁਖ ਤੇ ਰੱਬ ਜੀ ਦੇ ਚਰਨਾਂ ਚ ਜੁੜ ਕੇ ਸੀ ਮੈਂ ਤੇ ਉਸ ਅਰਦਾਸ ਵਿੱਚ ਜੁੜਿਆ ਸੀ ਜਿਸ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਤੇ ਮੇਰੀ ਪ੍ਰੀਤ ਕਿੱਥੇ ਗਈ ਕਿਉਂ ਟੁੱਟੀ ਪ੍ਰੇਮ ਕਿਉਂ ਟੁੱਟਿਆ ਵਾਧਾ ਬਣ ਗਏ ਪਦਾਰਥ ਜਿਸ ਨੂੰ ਮਾਇਆ ਦਾ ਨਾਂ ਦਿੱਤਾ ਗੁਰੂ ਪਾਤਸ਼ਾਹ ਨੇ ਡਿਸਕਸ਼ਨ ਲੰਬੀ ਸਮਾਂ ਹੱਥ ਵਿੱਚ ਉਜਾਰਿਆ ਸਤਿਗੁਰ ਕਹਿੰਦੇ ਨੇ ਜਾਗੀ ਸ਼ਰਨ ਪਿਆ ਸੁੱਖ ਪਾਈਏ ਬਹੁਤ ਦੁੱਖ ਨਾ ਹੋਈ ਹੁਣ ਦੁੱਖ ਔਰ ਸੁੱਖ ਨੂੰ ਸਮਝਣਾ ਉਹ ਇੱਕ ਚੈਪਟਰ ਹੈ ਹੁਣ ਇਸ ਪੰਕਤੀ ਨੂੰ ਖੋਲਣਾ ਹੋਵੇ ਤੇ ਘੱਟੋ ਘੱਟ 20-25 ਮਿੰਟ ਚਾਹੀਦੀ ਦੁੱਖ ਔਰ ਸੁੱਖ ਕੀ ਹੈ ਪੁੰਨ ਪਾਪ ਕੀ ਹੈ ਅਸੀਂ ਤੇ ਪੁੰਨ ਪਾਪ ਵਿੱਚ ਫਸੇ ਹਾਂ ਨਾ ਅਸੀਂ ਤੇ ਸੁੱਖ ਔਰ ਦੁੱਖ ਵਿੱਚ ਫਸੇ ਹਾਂ ਨਾ ਸਤਿਗੁਰੂ ਨੇ ਇੱਕ ਚੀਜ਼ ਸਾਡੇ ਸਾਹਮਣੇ ਰੱਖੀ ਸੁੱਖ ਦੁੱਖ ਦਾ ਝਮਿਗਲਾ ਛੱਡ ਆਨੰਦ ਦੀ ਗੱਲ ਕਰ ਆਨੰਦ ਦਾ ਵਿਪਰੀਤ ਨਹੀਂ ਸੁੱਖ ਲੱਭੇਗਾ ਦੁੱਖ ਮਿਲੇਗਾ ਹੀ ਮਿਲੇਗਾ ਔਰ ਸੁੱਖ ਦੁੱਖ ਆਉਣ ਤੇ ਸਮ ਕਰ ਜਾਣੇ ਵਾਲੀ ਅਵਸਥਾ ਤੇਰੀ ਹੋਣ ਚ ਭਗਤੀ ਦਾ ਸਭ ਤੋਂ ਖੂਬਸੂਰਤ ਤਰੀਕਾ ਹੈ ਦੁੱਖ ਆਏ ਤੇ ਸੁੱਖ ਕਰਕੇ ਜਾਣ ਇਹ ਸਮਝਣਾ ਕਿ ਰੱਬ ਜੀ ਨਾਲ ਜੁੜਨਾ ਸ਼ੁਰੂ ਹੋ ਗਿਆ ਸ਼ੁਰੂਆਤ ਹੋ ਗਈ ਤੁਹਾਡੀ ਮੈਨੂੰ ਦੁੱਖ ਨਹੀਂ ਸਤਾਏਗਾ ਮੇਰੇ ਕੋਲ ਧਨ ਹੈ ਤਾਂ ਨਹੀਂ ਸਤਾਏਗਾ ਮੇਰੇ ਕੋਲ ਤਾਕਤ ਘੱਟ ਹੈ ਤਾਂ ਨਹੀਂ ਸਿਖਾਏਗਾ ਮੇਰੀਆਂ ਸਾਰੀਆਂ ਸ਼ਕਤੀਆਂ ਤਾਕਤ ਸਭ ਰੱਬ ਜੀ ਨੇ ਔਰ ਗੁਰਬਾਣੀ ਹੁਣ ਇਸ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਜੀ ਪਹਿਲੀ ਬਗ ਦੀ ਪਹਿਲੀ ਪੰਕਤੀ ਬਾਹ ਖੂਬਸੂਰਤ ਰੱਖੀ ਕਿਉਂਕਿ ਪਹਿਲੀ ਗੱਲ ਸਮਝਣ ਵਾਲੀ ਹੈ ਅਸੀਂ ਜਿਹੜੀ ਨਹੀਂ ਸਮਝ ਰਹੇ ਅਵਨਾਸੀ ਜੀਵਨ ਕੋ ਦਾਤਾ ਵਿਸਰਾਮਾ ਦੇ ਵੱਲ ਧਿਆਨ ਦੇਣਾ ਅਵਨਾਸੀ ਜੀਵਨ ਕੋ ਦਾਤਾ ਹੁਣ ਜੇ ਪੜ੍ਹਦੀ ਅਵਨਾਸੀ ਜੀਵਨ ਕੋ ਦਾਤਾ ਅਰਥ ਨਹੀਂ ਅਰਥ ਨਿਕਲਣਗੇ ਅਵਨਾਸ਼ੀ ਜੀਵਨ ਕੋ ਦਾਤਾ ਜੀਆਂ ਦਾ ਦਾਤਾ ਸਹਾਰਾ ਦਾਨ ਦੇਣ ਵਾਲਾ ਸਭ ਕੁਛ ਦੇਣ ਵਾਲਾ ਉਹ ਅਵਨਾਸ਼ੀ ਹੈ ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਜਿਹੜਾ ਕਿਧਰੇ ਨਹੀਂ ਆ ਉਹ ਪਰਮਾਨੈਂਟ ਹੈ ਉਹ ਇਸ ਤਰ੍ਹਾਂ ਨਹੀਂ ਕਿ ਮੈਨੂੰ ਪ੍ਰਗਟ ਕਰਨਾ ਪਏਗਾ ਉਹ ਪ੍ਰਗਟ ਹੈ ਮੇਰੇ ਅੰਦਰ ਮੈਲ ਹੈ ਮੇਰੇ ਕੋਲ ਰੱਬ ਜੀ ਦੇ ਗੁਣ ਨਹੀਂ ਨੇ ਜਿਸ ਦੇ ਨਾਲ ਉਹ ਪ੍ਰੀਤ ਕਰਦਾ ਅੱਗੇ ਵਿਚਾਰ ਸਿਮਰਤ ਸਭ ਮਲ ਖੋਈ ਸਿਮਰਤ ਸਭ ਮਲ ਖੋਈ ਹੁਣ ਵਿਸਰਾਮਾ ਦਾ ਥੋੜ੍ਹਾ ਜਿਹਾ ਧਿਆਨ ਰੱਖੋਗੇ ਅਰਥ ਆਪਣੇ ਆਪ ਨਿਕਲ ਸਿਮਰਤ ਸਭ ਮਲ ਖੋਈ ਸਾਰੀ ਮੈਲ ਉਸਦੇ ਸਿਮਰਨ ਚ ਔਰ ਸਿਮਰਨ ਦੀ ਪਰਿਭਾਸ਼ਾ ਮਨ ਬਚਨ ਕਰਮ ਕਰਕੇ ਸਿਰਫ ਰਸਨਾ ਕਰਕੇ ਨਹੀਂ ਸਿਰਫ ਰਸਨਾ ਕਰਕੇ ਮੈਂ ਆ ਕੇ ਜਪ ਲਿਆ ਮੈਂ ਆ ਕੇ ਕੰਨਾਂ ਤੋਂ ਸੁਣ ਲਿਆ ਸਤਿਗੁਰ ਕਹਿੰਦੇ ਮੈਂ ਪ੍ਰਵਾਨ ਨਹੀਂ ਕਰਦਾ ਤੇਰੀ ਗੱਲ ਸਤਿਗੁਰ ਜੀ ਕਿਸ ਤਰ੍ਹਾਂ ਪ੍ਰਵਾਨ ਕਰੋਗੇ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਵਿਵਹਾਰ ਮੇਰਾ ਸਤ ਹੋਇਆ ਮੈਂ ਜਪਣਾ ਸ਼ੁਰੂ ਕੀਤਾ ਠੀਕ ਹੈ ਇਹ ਜ਼ਰੂਰੀ ਹੈ ਜਪਣਾ ਸਿਮਰਨ ਕਰਨਾ ਜ਼ਰੂਰੀ ਹੈ ਇਹ ਮੈਥਡ ਹੀ ਨਹੀਂ ਹੈ ਬਿਨਾਂ ਸਿਮਰਨ ਤੋਂ ਕੋਈ ਗੱਲ ਸਮਝ ਵਿੱਚ ਆਏਗੀ ਸਿਮਰਨ ਦੇ ਨਾਲ ਮਨ ਨਿਰਮਲ ਹੋਏਗਾ ਗੁਣਾਂ ਦੇ ਨਾਲ ਮਨ ਜਿਹੜਾ ਹੈ ਉਹ ਰੱਬ ਜੀ ਦੇ ਪ੍ਰਤੀ ਭਰਪੂਰ ਹੋਏਗਾ ਤੇ ਸਤਿਗੁਰ ਕਹਿੰਦੇ ਨੇ ਪਹਿਲੇ ਅਵਨਾਸ਼ੀ ਜੀਵਨ ਕੋ ਦਾਤਾ ਦੀ ਪਛਾਣ ਕਰ ਅਵਨਾਸ਼ੀ ਜੀਵਨ ਕੋ ਦਾਤਾ ਉਹ ਦਾਤਾ ਹੈ ਜਿਹੜਾ ਸਾਡਾ ਸਾਨੂੰ ਜਨਮ ਦੇਣ ਵਾਲਾ ਉਹ ਇੱਕ ਹੈ ਮੌਤ ਵੀ ਦਿੰਦਾ ਹੈ ਉਹ ਇੱਕ ਹੈ ਦਾਤਾ ਵੀ ਦਿੰਦਾ ਹੈ ਸਾਡੇ ਆਉਣ ਤੋਂ ਪਹਿਲਾਂ ਸਾਡੇ ਲਈ ਸਤਿਗੁਰੂ ਜੀ ਨੇ ਬਿਨਾਂ ਕੰਮ ਤੋਂ ਬਿਨਾਂ ਉਦਮ ਤੋਂ ਬਿਨਾਂ ਮਿਹਨਤ ਤੋਂ ਬਿਨਾਂ ਕਿਰਤ ਤੋਂ ਦੁੱਧ ਦੇ ਦਿੱਤਾ ਕਿਸੇ ਵੀ ਜੀਵ ਵਾਸਤੇ
ਉਹਦੇ ਬਚਪਨ ਨੂੰ ਉਸ ਦੀ ਪਲਣ ਨੂੰ ਉਹਨੇ ਪਹਿਲਾ ਖੁਰਾਕ ਦਿੱਤੀ ਇਹ ਭਰੋਸਾ ਕ੍ਰੀਏਟ ਕਰਨਾ ਇਹ ਭਰੋਸਾ ਆਪਣੇ ਅੰਦਰ ਵਸਾਣਾ ਪਏਗਾ ਕਿਉਂਕਿ ਸਤਿਗੁਰੂ ਪਿਤਾ ਸੰਗਤ ਤੋਂ ਬਿਨਾਂ ਕਹਿੰਦੇ ਨੇ ਤੈਨੂੰ ਮਿਲ ਨਹੀਂ ਸਕਦਾ ਪ੍ਰਾਪਤੀ ਨਹੀਂ ਹੋ ਸਕਦੀ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੀ ਕਾਹਰੇ ਮੰਚਿਤ ਹੋਏ ਉਦਮ ਜੇ ਆਹਰ ਗਰਜੂ ਭਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕਾ ਹੱਕ ਕਰਦਾ ਭਰੋਸਾ ਨਹੀਂ ਸੋ ਹੁਣ ਭਾਈ ਸਾਹਿਬ ਦੀ ਭਰੋਸੇ ਦੀ ਗੱਲ ਕਰ ਰਹੇ ਸੀ ਦੇਖੋ ਕੁਛ ਨਿਯਮਾਂ ਨੂੰ ਪਾਲਣ ਕਰਨਾ ਉਹ ਭਰੋਸਾ ਉਹਨੂੰ ਭਰੋਸੇ ਦੇ ਨਾਲ ਜੋੜਨਾ ਸਾਡੀ ਗਲਤੀ ਸਾਡੀਆਂ ਗਲਤੀਆਂ ਦੇ ਕਾਰਨ ਸਾਨੂੰ ਕਰੋਨਾ ਚਿਮੜ ਜਾਏ ਫਿਰ ਅਸੀਂ ਕਹੀਏ ਸਾਡਾ ਭਰੋਸਾ ਨਹੀਂ ਉੱਥੇ ਜੇ ਕੁਛ ਨਿਯਮ ਮੈਡੀਕਲਸ ਦੇ ਥਿਊਰੀ ਨੂੰ ਅਪਣਾਇਆ ਗਿਆ ਉਹਨੂੰ ਅਪਣਾਉਣੀ ਪਏਗੀ ਨਹੀਂ ਤਾਂ ਅਸੀਂ ਹਸਪਤਾਲ ਕਿਉਂ ਜਾਂਦੇ ਹਾਂ ਮਾੜਾ ਜਿਹਾ ਦਰਦ ਹੋ ਜਾਏ ਗੋਲੀਆਂ ਖਾਣ ਲੱਗ ਪੈਂਦੀ ਤੇ ਸਤਿਗੁਰ ਜੀ ਕਹਿੰਦੇ ਨੇ ਗੁਣ ਨਿਧਾਨ ਭਗਤਨ ਕੋ ਬਰਤਨ ਭਗਤਾਂ ਦਾ ਬਰਤਨ ਕਿਹੜਾ ਭਾਂਡਾ ਕਿਹੜਾ ਭਾਂਡਾ ਹੈ ਗੁਣ ਜਿਹੜੀ ਗੱਲ ਸਤਿਗੁਰੂ ਜੀ ਨੇ ਰੱਖੀ ਨਾ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਜਦ ਤੱਕ ਸਾਡੇ ਅੰਦਰ ਰੱਬ ਜੀ ਦੇ ਗੁਣ ਨਹੀਂ ਆਉਂਦੇ ਔਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਔਰ ਇੰਪਲੀਮੈਂਟ ਕਰਕੇ ਆਪਣੇ ਆਲੇ ਦੁਆਲੇ ਨੂੰ ਖੂਬਸੂਰਤ ਨਹੀਂ ਬਣਾਉਂਦੇ ਗੁਰਬਾਣੀ ਮਹਿੰਗੀ ਨਹੀਂ ਬਣਾਉਂਦੇ ਗੱਲ ਤੁਰੇਗੀ ਸਤਿਗੁਰ ਜੀ ਤੇ ਮੈਨੂੰ ਇਹੀ ਸਮਝਦੇ ਰਹੇ ਕਿਉਂਕਿ ਸਤਿਗੁਰ ਜੀ ਜਪ ਬਾਣੀ ਦੇ ਅੰਦਰ ਬਾ ਖੂਬਸੂਰਤ ਕਹਿ ਰਹੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਫਿਰ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਤੇ ਇਕੱਲਾ ਇੱਕ ਸਿਮਰਨ ਨੂੰ ਕਿਸ ਤਰ੍ਹਾਂ ਜੋੜ ਲਿਆ ਸਿਮਰਨ ਜ਼ਰੂਰੀ ਹੈ ਸਿਮਰਨ ਮਨ ਨੂੰ ਨਿਰਮਲ ਕਰਦਾ ਹੈ ਪੱਥਰ ਮਨ ਨੂੰ ਕੋਮਲ ਕਰ ਦਿੰਦਾ ਔਰ ਕੋਮਲ ਮਨ ਉਹ ਕਬੂਲ ਕਰਦਾ ਹੈ ਗੁਰੂ ਦੀ ਪਰਿਭਾਸ਼ਾ ਨੂੰ ਗੁਰੂ ਦੇ ਉਪਦੇਸ਼ ਤੇ ਇਹ ਮਨ ਦਾ ਭਾਂਡਾ ਗੁਣਾ ਦਿਆ ਬਣਿਆ ਹੋਣਾ ਚਾਹੀਦਾ ਔਰ ਗੁਣ ਕਿਹੜੇ ਨੇ ਸਵਾਲ ਪੈਦਾ ਹੋ ਜਾਏ ਸਭ ਤੋਂ ਪਹਿਲਾ ਗੁਣ ਰੱਬ ਜੀ ਦਾ ਪ੍ਰੇਮ ਦਾ ਹੈ ਧਿਆਨ ਕਰਨਾ ਔਰ ਉਸ ਪ੍ਰੇਮ ਵਾਸਤੇ ਸਿਰ ਤਲੀ ਤੇ ਰੱਖਣਾ ਪਏਗਾ ਜਿਉਂ ਤੋਂ ਪ੍ਰੇਮ ਖਿਲਣ ਕਾ ਚਾਹੋ ਸਿਰ ਦਰ ਤਲੀ ਗਲੀ ਮੁੜਿਆ ਉਸ ਪ੍ਰੇਮ ਨੂੰ ਤੁਸੀਂ ਨਿਤਨੇਮ ਵਿੱਚ ਬਾਣੀ ਪੜ੍ਹਦੇ ਹੋ ਤੇ ਉਸ ਪ੍ਰੇਮ ਦੀ ਪਰਿਭਾਸ਼ਾ ਨੂੰ ਸਮਝਾਉਂਦਿਆਂ ਹੋਇਆ ਸਾਰੀਆਂ ਚੀਜ਼ਾਂ ਨੂੰ ਕੰਡੈਮ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਾਚ ਕਹੋ ਸੁਣ ਲੈ ਹੋ ਸਦਾ ਜਿਨ ਪ੍ਰੇਮ ਕੀਓ ਤਿੰਨੀ ਪ੍ਰਭਾ ਫਿਰ ਕਿਸ ਤਰ੍ਹਾਂ ਅਸੀਂ ਪਹਿਲਾ ਰਬੀ ਗੁਣ ਪ੍ਰੇਮ ਫਿਰ ਦੂਸਰਾ ਗੁਣ ਸੀ ਦਇਆ ਤੀਜਾ ਗੁਣ ਸੀ ਨਿਰਭਉਤਾ ਨਿਰਵੈਰਤਾ ਅਡੋਲਤਾ ਸਤਨਾਮ ਸਾਨੂੰ ਤੇ ਸਤਨਾਮ ਦਾ ਹੀ ਨਹੀਂ ਪਤਾ ਸਤਨਾਮ ਕੀ ਹੈ ਸੋ ਲੰਬੀ ਗੱਲ ਨਾ ਕਰਾਂ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਬਿਰਲਾ ਪਾਵੈ ਕੋਈ ਹੁਣ ਬਿਰਲੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਜਿੰਨੇ ਆਏ ਹੋ ਤੁਸੀਂ ਨਹੀਂ ਪਾ ਸਕਦੇ ਬਿਰਲਾ ਦਾ ਮਤਲਬ ਹੈ ਜਦ ਅਸੀਂ ਕਮਿਟਮੈਂਟ ਗੁਰੂ ਨਾਲ ਕਰੀਏ ਸੰਸਾਰੀ ਤੋਂ ਨਿਰੰਕਾਰ ਦਾ ਸਫ਼ਰ ਸ਼ੁਰੂ ਕਰਨਾ ਇੱਕ ਓਅੰਕਾਰ ਤੋਂ ਲੈ ਕੇ 1430 ਅੰਕਾਂ ਦਾ ਸਫ਼ਰ ਪੂਰਾ ਕਰਨਾ ਉਹਨੂੰ ਇੱਕ ਇੱਕ ਬਚਨ ਨੂੰ ਚੱਬ ਚੱਬ ਕੇ ਵਿਚਾਰ ਵਿਚਾਰ ਕੇ ਆਪਣੇ ਹਿਰਦੇ 'ਚ ਵਸਾਉਣਾ ਤੇ ਉਹ ਭਾਂਡੇ ਵਿੱਚ ਹੀ ਅੰਮ੍ਰਿਤ ਪੀਤਾ ਜਾਏਗਾ ਤੇ ਉਹ ਵਿਰਲੇ ਬਣ ਜਾਂਦੇ ਨੇ ਜਿਹੜੇ ਸੰਸਾਰ ਤੋਂ ਨਿਰੰਕਾਰ ਦੇ ਸਫ਼ਰ 'ਚ ਜੁੜ ਜਾਂਦੇ ਉਹ 1 ਕਰੋੜ ਵੀ ਹੋ ਸਕਦੇ ਨੇ ਉਹ 1 ਵੀ ਹੋ ਸਕਦਾ ਉਹ 10 ਵੀ ਹੋ ਸਕਦਾ ਮੈਂ ਨਹੀਂ ਕਹਿ ਰਿਹਾ ਭਾਈ ਸਤਿਗੁਰੂ ਦੀ ਗੱਲ ਨੂੰ ਕਾਜੀ ਨੂਰ ਮੁਹੰਮਦ ਤੋਂ ਪੁੱਛੋ ਗੁਰੂ ਨਾਨਕ ਦੇ ਸਿੱਖ ਕਿੰਨੇ ਬਣੇ ਕਹਿੰਦਾ 3 ਕਰੋੜ ਜਿਹਨੇ ਗੁਰੂ ਨਾਨਕ ਦੀ ਗੱਲ ਮੰਨੀ ਉਹ ਗੁਰੂ ਨਾਨਕ ਦਾ ਸਿੱਖ ਬਣਿਆ ਉਹਨੇ ਸਿੱਖੀ ਅਪਣਾਈ ਤੇ ਹੁਣ ਤੇ ਹੋਰ ਵੀ ਭੇਦ ਖੁੱਲਦੇ ਜਦ ਗੁਰੂ ਨਾਨਕ ਸਾਹਿਬ ਕਾਬੇ ਗਏ ਤੇ ਕਰਬਲੇ ਮਦੀਨੇ ਮੱਕੇ ਵਿੱਚ 60% ਮੁਸਲਮਾਨ ਵੀਰ ਸਿੱਖ ਬਣੇ
ਹੁਣ ਇਤਿਹਾਸ ਦੀ ਪਰਿਭਾਸ਼ਾ ਜੇ ਪੁਰਾਤਨ ਤਰੀਕੇ ਨਾਲ ਹੀ ਕਰਦੇ ਰਵਾਂਗੇ ਗੁਰਬਾਣੀ ਨਾਲ ਮਿਲਾ ਕੇ ਸਹੀ ਪਰਪੇਖ ਵਿੱਚ ਨਹੀਂ ਸਮਝਾਂਗੇ ਉਹੀ ਲਿਖਤਾਂ ਉਹ ਬਦਲੀਆਂ ਨਹੀਂ ਜਾ ਸਕਦੀਆਂ ਲੇਕਿਨ ਉਹਨਾਂ ਦੇ ਸਮਝ ਦਾ ਢੰਗ ਬਦਲਣਾ ਪਏ ਮੇਰੇ ਸਤਿਗੁਰੂ ਜੀ ਇਸ ਦੇ ਲਈ ਕੀ ਕਰਨਾ ਪਏਗਾ ਵੱਡ ਭਾਗੀ ਸਾਧ ਸੰਗ ਪ੍ਰਾਪਤ ਇਹ ਚੀਜ਼ ਪ੍ਰਾਪਤ ਕਿੱਥੋਂ ਹੋਏਗੀ ਗੁਣ ਕਿੱਥੋਂ ਪ੍ਰਾਪਤ ਹੋ ਉਹਨਾਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਣਗੇ ਜਿਹੜੇ ਗੁਰੂ ਦੀ ਸੰਗਤ ਵਿੱਚ ਬੈਠਣਾ ਸਿੱਖਣਗੇ ਗੁਰਮੁਖਾਂ ਨਾਲ ਜਿਹੜੇ ਗੁਰੂ ਸ਼ਬਦ ਦੇ ਸਨਮੁਖ ਨੇ ਉਹ ਸੰਤ ਵੀ ਹੋ ਸਕਦੇ ਨੇ ਸਾਧ ਵੀ ਹੋ ਸਕਦੇ ਨੇ ਜਿਹੜੇ ਗੁਰੂ ਸ਼ਬਦ ਦੇ ਸਨਮੁਖ ਆਪਣੀ ਬਾਤ ਨਹੀਂ ਕਹਿੰਦੇ ਕਿ ਮੈਂ ਇਹ ਕਹਿ ਰਿਹਾ ਤੇ ਤੁਸੀਂ ਇਹ ਮੰਨ ਲਓ ਨਹੀਂ ਸਤਿਗੁਰ ਕਹਿੰਦੇ ਨੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਹੋਈ ਤਦ ਮੈੜੀ ਭੈੜੀ ਵਿਚਾਰ ਨੀਚ ਵਿਚਾਰ ਹਿਰਦੇ ਚੋਂ ਸਾਫ਼ ਹੋ ਜਾਏ ਔਰ ਜਦ ਤੱਕ ਵਿਚਾਰਾਂ ਦਾ ਫੁਰਨਾ ਭੈੜੇ ਵਿਚਾਰਾਂ ਦਾ ਗੰਦੇ ਵਿਚਾਰਾਂ ਦਾ ਫੁਰਨਾ ਚੱਲਦਾ ਰਹਿੰਦਾ ਤਦ ਤੱਕ ਗੱਲ ਨਹੀਂ ਦੇ ਪਾਉਂਦੀ ਤਿਲ ਕੀ ਧੂਰ ਨਾਨਕ ਦਾਸ ਪਾਛੈ ਗੁਰੂ ਨਾਨਕ ਸਤਿਗੁਰ ਤੇ ਤੁਹਾਡੀ ਧੂਰ ਨੂੰ ਬਚਦੇ ਐਸਾ ਨਿਮਰਤਾ ਦੇ ਘਰ ਦਾ ਗੁਰੂ ਨਾਨਕ ਦਾ ਘਰ ਕਿਸ ਤੋਂ ਮਿਲੇਗਾ ਜਿੱਥੇ ਗੁਰੂ ਗੁਰੂ ਰਹਿ ਜਾਂਦਾ ਚੇਲਾ ਚੇਲਾ ਰਹਿ ਜਾਂਦਾ ਇੱਥੇ ਤੇ ਗੁਰੂ ਵੀ ਚੇਲਾ ਤੇ ਚੇਲਾ ਵੀ ਗੁਰੂ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋ ਜਿਹੜਾ ਜਦ ਨਾਨਕ ਆਪ ਮਿਲਾਏ ਸੋਈ ਹਰਮਿਲ ਸੀ ਉਹੀ ਮਿਲ ਸਕਦਾ ਹੈ ਜਿਸ ਨੇ ਆਪਣੇ ਆਪ ਨੂੰ ਗੁਰੂ ਨਾਲ ਮਿਲਾ ਲਿਆ ਤੇ ਉਹਦੇ ਲਈ ਕਰਨਾ ਕੀ ਹੈ ਅਵਰ ਸਭ ਤਿਆ ਉਹ ਹਾਂ ਹਰ ਭਾਣੀ ਗੁਰੂ ਦੇ ਦਰ ਤੇ ਕੋਈ ਚੰਗਾ ਲੱਗੇਗਾ ਜਿਸ ਨੂੰ ਰਹਿਤ ਬਿਆਰੀ ਰਹਿਤ ਬਿਆਰੀ ਮੁਝਕੋ ਸਿੱਖ ਬਿਆਰੀ ਤਿਨ ਕੀ ਧੂਰ ਨਾਨਕ ਦਾਸ ਪਾਛੈ ਜਿਨ ਹਰ ਨਾਮ ਹਿਰਦੇ ਪਰੋਈ ਨਾਮ ਨੂੰ ਗੁਣਾਂ ਨੂੰ ਰੱਬੀ ਵਿਚਾਰਾਂ ਨੂੰ ਗੁਰਬਾਣੀ ਨੂੰ ਆਪਣੇ ਹਿਰਦੇ ਚ ਇਸ ਤਰ੍ਹਾਂ ਪਰੋ ਲਿਆ ਹੈ ਜਿਸ ਤਰ੍ਹਾਂ ਇਸ ਤੋਂ ਬਿਨਾਂ ਮੇਰਾ ਜੀਵਨ ਮੱਛੀ ਵਟਣ ਹੋ ਗਿਆ ਹੈ ਪਾਣੀ ਤੋਂ ਬਿਨਾਂ ਜੀਵਨ ਮੱਛੀ ਦਾ ਖਤਮ ਸੋ ਬਾਣੀ ਪੜ੍ਹਦੇ ਆ ਵਿਚਾਰ ਪੇਸ਼ ਕਰਦੇ ਆ ਅਨੇਕਾਂ ਭੁਲਾਉਂਦੀਆਂ ਅਨਜਾਨ ਜਾਣ ਕੇ ਖਿਮਾ ਕਰੀ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਕੇ ਜੀਵਨ ਨਿਰਮਲ ਬਣਾ ਕੇ ਸਤ ਸੰਤੋਖ ਧੀਰਜ ਪ੍ਰੇਮ ਦੀ ਪਰਿਭਾਸ਼ਾ ਜੀਣ ਦੀ ਆਦਤ ਪਾ ਦੇਣ ਭੁੱਲਾਂ ਨੂੰ ਬਖਸ਼ ਕੇ ਹਿਰਦੇ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਹੀ ਮਨ ਤੂੰ ਡੋਲਤਾ ਕਾਹੀ ਮਨ ਤੂੰ ਡੋਲਤਾ ਹਰ ਮਨ ਸਭ
Oh,
Thank you.